अंतरराज्यीय ग्रोह नहीं विद इन दी पंजाब स्टेट ही ऑपरेशनल सी, बाहरों सिर्फ ये वैपन ही लैके आए। बेसिकली राजीव कौशल उर्फ गुगलू ये जो गैंगस्टर है फिरोजपुर जेल चो बैठ के यदा मास्टर माइंड है, उसने ही फोन के उपर दो कोरीयरस राही मध्य प्रदेश चो एडी की वैपनस मंगवाए। जिहड़े वैपनस लैके आए कोरीयर वो जो अरैसट हुए साढ़े को, बिकॉज इनफॉरमेशन असी इस सारे ऑपरेशन में एस एस पी संगरूर सुरेंद्र लांबा जी देख रहे थे अपनी टीम के नाल, तो पुलिस उत्थे डिप्लॉयड सी। जदों ये सस्पिशियस लुकिंग लोग उत्थे ब्रिज थले आए तो इन्हों अरैसट करके बैग वगैरह फुले तो इक्की वैपनस मिल गए। उतों ही सारी चेन चली, फिर अगे प्रोडक्शन बनते उन्हों राजीव कौशल लैके आता, फिर बैकवर्ड लिंकेज मध्य प्रदेश टीम गई, उतों भी एक बंदा जिहड़ा कोरियर जिन्हें मध्य प्रदेश इन्हों बुला के वैपन हैंडओवर किए है वो अरैसट होया। फिर सैकंडली जिसने पैसे पाए लुधियाने का रहने वाला हेमंत उसनों भी अरैसट किया जिन्हें पैसा ट्रांसफर किया मध्य प्रदेश, क्योंकि ऑल सारी चीज़ा एक चेन लिंक की तरह आदि, मतलब बंदे अरैसट करने तो बाद फॉरवर्ड लिंकेजिज या बैकवर्ड कितों लैके आए वो सारा ही इन्वेस्टिगेशन टीम का हिस्सा है। सो पांच छह टीमां बना के एस एस पी साहब ने परसनली सुपरवाइज करके एक बहुत अच्छा केस ट्रेस किया, जिहड़ा कि मैं समझदा कि इक्की वैपनस के पुलिस के रिकवर करने के जिहड़े मास्टर माइंड गैंग जिहड़ा जेल च बैठा सी ਉਹਦੇ ਅਰੈਸਟ ਹੋਣ ਦੇ ਨਾਲ ਇੱਕ ਬਹੁਤ ਵੱਡੇ ਲੈਵਲ ਦਾ ਕ੍ਰਾਈਮ ਜਿਹੜਾ ਪ੍ਰੀਵੈਂਟ ਹੋਇਆ। ਸਰ ਜਿਹੜੇ ਵੈਪਨ ਫੜੇ ਗਏ ਨੇ ਕਿਹੜੇ ਕਿਹੜੇ? ਇਹ ਵੈਪਨ ਜਿਹੜੇ ਹੈ ਆਪਣਾ ਕੰਟਰੀਬਿਊਟ ਕਹਿ ਸਕਦੇ ਹਾਂ, ਇਹਦੇ 30 ਬੋਰ ਅਤੇ 32 ਬੋਰ ਦੇ ਪਿਸਟਲਸ ਨੇ। ਸਰ ਜਿਵੇਂ ਤੁਸੀਂ ਕਹਿ ਰਹੇ ਕਿ ਇੱਥੋਂ ਫੜੇ ਨੇ, ਸਰ ਲੈ ਕੇ ਕਿਵੇਂ ਆਏ ਸੀ, ਕਿਸ ਡਰਾਈਵਰ ਕਿੱਥੇ ਕਿਵੇਂ? ਇਹ ਬੱਸਾਂ 'ਤੇ ਬੈਠ ਕੇ ਜੀ, ਕਿਤੋਂ ਬੱਸ ਲਈ ਦੂਜੀ ਜਗ੍ਹਾ ਚੇਂਜ ਕਰਕੇ ਚਲੇ ਗਏ, ਉਸ ਤੋਂ ਬਾਅਦ ਨੈਕਸਟ ਚੇਂਜ ਕੀਤੀ। ਇੱਥੇ ਵੀ ਉਹਨੇ ਉਤਰੇ ਸੀ ਬੱਸ ਤੋਂ ਉਤਰੇ, ਦੂਸਰੀ ਬੱਸ ਚੇਂਜ ਕਰਕੇ ਇਹਨਾਂ ਨੇ ਜਾਣਾ ਸੀ ਖਰੜ ਸਾਈਡ। ਬਲਜਿੰਦਰ ਦੇ ਖਿਲਾਫ 17 ਕੇਸ ਨੇ, ਰਾਜੀਵ ਕੌਸ਼ਲ ਦੇ ਕਰੋਪ 19 ਦੇ ਕੇਸ ਨੇ, ਪਲੱਸ ਇਹ ਹੁਣ 20 ਕੇਸ ਅਸੀਂ ਦਰਜ ਕਰਤਾ। ਸੋ ਕਾਫੀ ਕ੍ਰਿਮੀਨਲ ਬੈਕਗ੍ਰਾਊਂਡ ਦੇ ਬੰਦੇ ਆ। ਮੱਧ ਪ੍ਰਦੇਸ਼ ਇਨਵੈਸਟੀਗੇਸ਼ਨ ਹੋਏਗੀ, ਇਹ ਪਤਾ ਕਰਾਂਗੇ ਜਿੱਥੇ 100% ਹੋਏਗੀ ਆਲਰੇਡੀ, ਮਤਲਬ ਬਹੁਤ ਸਾਰੀ ਚੀਜ਼ਾਂ ਅਸੀਂ ਅੱਜ ਮੀਡੀਆ ਨਾਲ ਸ਼ੇਅਰ ਨਹੀਂ ਕਰ ਸਕਦੇ। ਆਪਰੇਸ਼ਨ ਸਾਡਾ ਆਲਰੇਡੀ ਚੱਲ ਰਿਹਾ, ਮੱਧ ਪ੍ਰਦੇਸ਼ ਲੋਕਲ ਪੁਲਿਸ ਦੀ ਅਸਿਸਟੈਂਸ ਲੈ ਰਹੇ ਹਾਂ। ਮਤਲਬ ਮੱਧ ਪ੍ਰਦੇਸ਼ ਪੁਲਿਸ ਦੀ ਵੀ ਐਸ ਐਸ ਪੀ ਸਾਹਿਬ ਲੋਕਲ ਜਿਹੜਾ ਡਿਸਟ੍ਰਿਕਟ ਐਸ ਪੀ ਹੈ ਉਹਦੇ ਨਾਲ ਕੋਆਰਡੀਨੇਟ ਕਰਕੇ, ਬਿਕੋਜ਼ ਇਹੋ ਜਿਹੇ ਆਪਰੇਸ਼ਨ ਦੂਜੀ ਸਟੇਟ ਦੇ ਵਿੱਚ ਆ ਕੇ ਇੱਕ ਸਟੇਟ ਨਹੀਂ ਕਰ ਸਕਦੀ ਆਪਰੇਟ। ਲੋਕਲ ਪੁਲਿਸ ਨੂੰ ਨਾਲ ਲੈ ਕੇ ਸਾਰੀਆਂ ਪ੍ਰਕੋਸ਼ਨਸ ਲੈ ਕੇ, ਬਿਕੋਜ਼ ਇਹ ਕ੍ਰਿਮੀਨਲ ਜਿਹੜੇ ਹੈ ਇਹ ਫੋਰੈਸਟ ਦੇ ਵਿੱਚ ਜਾਂ ਹਿਲ ਟੌਪ 'ਤੇ ਇਹਨਾਂ ਦੇ ਘਰ ਵਗੈਰਾ ਹੁੰਦੇ ਆ, ਤਾਂ ਉਹ ਸਾਰਾ ਆਪਰੇਸ਼ਨ ਅਸੀਂ ਜਿਹੜਾ ਕਰਾਂਗੇ। ਹਥਿਆਰ ਵਰਤੋਂ ਨਹੀਂ ਕੀਤੇ ਸਰ, ਪੁੱਛ ਕੇ ਨਾਲ ਪਤਾ ਲੱਗਿਆ ਹੋਊਗਾ ਜਿਹੜਾ ਇੰਨੀ ਵੱਡੇ ਪੱਧਰ 'ਤੇ ਹਥਿਆਰ ਲੈ ਕੇ ਆਏ। ਹਾਂਜੀ, ਹਥਿਆਰਾਂ ਇਸਤੇਮਾਲ ਕਿਵੇਂ ਕਰੋ, ਕਿੱਥੇ ਕਰ ਰਹੇ ਸਰ? ਇਹ ਹਥਿਆਰਾਂ ਦੀ ਜੋ ਇੰਟਰੋਗੇਸ਼ਨ ਸਾਡੇ ਕੋਲ ਪ੍ਰਿਲਿਮਨਰੀ ਇੰਟਰੋਗੇਸ਼ਨ 'ਚ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਖਰੜ, ਰੋਪੜ ਅਤੇ ਨਵਾਂਸ਼ਹਿਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਐਕਸਟੋਰਸ਼ਨ ਕਰਨੀਆਂ ਸੀ, ਜਾਂ ਮਤਲਬ ਇਹਨਾਂ ਦੇ ਦੂਜੇ ਗੈਂਗਸ ਨਾਲ ਜਿਨ੍ਹਾਂ ਇਹਨਾਂ ਦੇ ਰਿਲੇਸ਼ਨਸ ਖਰਾਬ ਨੇ ਉਹ ਇੰਟਰ ਗੈਂਗ ਰੈਲੀ 'ਚ ਵੈਪਨ ਯੂਜ਼ ਕਰਨ ਵਾਸਤੇ ਇਹਨਾਂ ਨੇ ਦੱਸਿਆ ਸਾਨੂੰ। ਮੈਗਜ਼ੀਨ ਵੀ ਮਿਲੀਆਂ ਨੇ ਨਾਲ? ਹਾਂਜੀ, ਇਹਨਾਂ ਨਾਲ ਹਰ ਵੈਪਨ ਦੇ ਨਾਲ ਇੱਕ ਇੱਕ ਮੈਗਜ਼ੀਨ ਲੱਗਿਆ ਹੋਇਆ ਜਿਹੜਾ ਨਾਲ। ਉਹਦੇ ਨਾਲ ਇਸ ਤਰ੍ਹਾਂ ਹੈ ਕਿ ਜਿਹੜੀ ਇੰਟੈਰੋਗੇਸ਼ਨ ਰਿਪੋਰਟ 'ਚ ਆਇਆ ਕਿ ਇਹ ਜਿਹੜਾ ਰਾਜੀਵ ਕੌਸ਼ਲ ਹੈ ਏਲੀਅਸ ਗੁਗਲੂ ਅਤੇ ਨਾਲ ਇਹਦੇ ਜਿਹੜਾ ਰਵੀ ਬਾਲਾਚੋਰੀਆ, ਇਹਨਾਂ ਦੇ ਇੰਟਰਲਿੰਕੇਜਿਸ ਹੈਗੀਆਂ ਆਪਸ ਵਿੱਚ ਵਿਸ਼ਨੋਈ ਗੈਂਗ ਦੇ ਨਾਲ, ਕਿਉਂਕਿ ਇਹਨਾਂ ਦੀ ਪੁੱਛਗਿੱਛ 'ਚੋਂ ਇੱਕ ਗੱਲ ਆਉਂਦੀ ਹੈ ਕਿ ਕਿਸ ਤਰ੍ਹਾਂ ਕਿਸੇ ਵੱਡੇ ਗੈਂਗਸਟਰ ਦੇ ਨਾਲ ਇਹ ਐਸੋਸੀਏਟ ਹੋ ਜਾਂਦੇ ਆ। ਮਤਲਬ ਦੇਖੋ ਇਸ ਤਰ੍ਹਾਂ ਹੁੰਦਾ ਕਿ ਮੀਡੀਆ ਨਾਲ ਅਸੀਂ ਜਦੋਂ ਸ਼ੁਰੂ 'ਚ ਗੱਲ ਸ਼ੇਅਰ ਕਰਦੇ ਹਾਂ ਬਹੁਤ ਸਾਰੀ ਗੱਲਾਂ ਇੰਟੈਰੋਗੇਸ਼ਨ ਦਾ ਪਾਰਟ ਹੁੰਦੀਆਂ, ਜੋ ਮੀਡੀਆ ਦੇ ਵਿੱਚ ਆ ਜਾਣ ਤਾਂ ਕਿਸੇ ਲੈਵਲ 'ਤੇ ਸਾਡੀ ਇੰਟੈਰੋਗੇਸ਼ਨ ਵੀ ਜਿਹੜੀ ਆ ਇਨਵੈਸਟੀਗੇਸ਼ਨ ਉਹ ਹੋ ਜਾਂਦੀ ਹੈ, ਇਫੈਕਟਿਵ ਹੋ ਜਾਂਦੀ ਹੈ। ਸਰ ਪਲਾਨ ਕਿੱਥੋਂ ਬਣਾਏ ਗਏ ਸਰ, ਜਿਵੇਂ ਜਿੱਥੋਂ ਜਿਹੜਾ ਵੀਰ ਇਹਨੂੰ ਇੱਥੇ ਕੌਣ ਕਰ ਰਿਹਾ ਸੀ? ਜਿਹੜਾ ਪਲਾਨ ਤੁਹਾਨੂੰ ਮੈਂ ਦੱਸਿਆ ਨਾ, ਜੇਲ੍ਹ ਦੇ ਵਿੱਚ ਮੋਬਾਈਲ ਯੂਜ਼ ਕਰ ਰਿਹਾ ਸੀਗਾ। ਹਾਂਜੀ, ਜਿਹੜਾ ਗੁਗਲੂ ਆ, ਇਸ ਤਰ੍ਹਾਂ ਜੇਲ੍ਹ ਦੇ ਵਿੱਚ ਮੋਬਾਈਲ ਦੀ ਗੱਲ ਕੀਤੀ ਆ, ਜੇਲ੍ਹ ਦੇ ਵਿੱਚ ਇੰਨੀ ਸਖਤਾਈ ਹੋਣ ਦੇ ਬਾਵਜੂਦ ਕਿਸ ਤਰ੍ਹਾਂ ਮੋਬਾਈਲ ਪਹੁੰਚ ਜਾਂਦੇ ਆ, ਕਿਉਂ ਨਹੀਂ? ਮਤਲਬ ਜਦੋਂ ਪਹਿਲਾਂ ਵੀ ਆਪਾਂ ਕਾਫੀ, ਚਲੋ ਇਹ ਅੱਜ ਸਾਡੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਨਹੀਂ ਹੈ, ਸਰਕਾਰ ਇਸ ਪਾਸੇ ਲੱਗੀ ਹੋਈ ਹੈ। ਪਹਿਲੀ ਤਾਂ ਇਹਨਾਂ ਨੇ ਜ਼ਿਆਦਾ ਗੈਂਗਸਟਰ ਜਿਹੜੇ ਆ ਉਹ ਸੰਗਰੂਰ ਸ਼ਿਫਟ ਆਪਣਾ ਬਠਿੰਡੇ ਸ਼ਿਫਟ ਕੀਤੇ ਆ, ਉਹ ਜੇਲ੍ਹ ਦੇ ਵਿੱਚ ਜਿਹੜਾ ਹੈ ਕਿ ਇਸ ਤਰ੍ਹਾਂ ਦੀ ਜੇਲ੍ਹ ਹੈ ਕਿ ਬਿਲਕੁਲ ਬਾਹਰੋਂ ਥਰੋ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਵੈਪਨ ਜਿਹੜੇ ਮੋਬਾਈਲ ਫੋਨ ਨਹੀਂ ਅੰਦਰ ਜਾ ਸਕਦੇ, ਪਰ ਕਿਸ ਤਰ੍ਹਾਂ ਕਿਸੇ ਜੇਲ੍ਹ ਦੇ ਵਿੱਚ ਕਿਸੇ ਤਰੀਕੇ ਨਾਲ ਪਹੁੰਚ ਜਾਂਦੇ ਆ। ਤਾਂ ਲੇਕਿਨ ਸਾਡਾ ਜੰਤਰ ਤੰਤਰ ਪੁਲਿਸ ਦਾ ਐਕਟਿਵ ਹੈ, ਜਿੱਥੇ ਵੀ ਮੋਬਾਈਲ ਯੂਜ਼ ਹੁੰਦਾ ਅਲਟੀਮੇਟਲੀ ਪਤਾ ਲੱਗ ਜਾਂਦਾ, ਅਸੀਂ ਕਾਨੂੰਨ ਦੇ ਹੱਥ ਬੜੇ ਲੰਬੇ ਇਹਨਾਂ ਦੀ ਗਰਦਨਾਂ ਤੱਕ ਪਹੁੰਚ ਹੀ ਜਾਂਦੇ ਹਾਂ ਅਸੀਂ। ਸਰ ਜੇਕਰ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰੀਏ, ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀਆਂ ਨੇ, ਜਿੱਥੇ ਹੋ ਰਹੀਆਂ ਨੇ, ਉਹਦੇ ਲਈ ਤੁਹਾਡਾ ਸਰ ਕੀ ਪਲਾਨ ਹੈ, ਕਿਸ ਤਰੀਕੇ ਨਾਲ ਸਰਕਾਰ ਐਕਟਿਵ ਹੈ, ਅਤੇ ਕਹਿ ਸਕਦੇ ਜੀ ਨਸ਼ੇ ਦੇ ਆਦੀ ਨੇ ਉਹਨਾਂ ਲਈ ਕੋਈ ਟ੍ਰੀਟਮੈਂਟ ਖੋਲ੍ਹੇ ਜਾ ਰਹੇ? ਡੈਫੀਨੇਟਲੀ ਦੇਖੋ ਪਲਾਨ ਬੜਾ ਸਾਡਾ ਕਲੀਅਰ ਹੈ ਕਿ ਜਿਹੜੇ ਬੱਚੇ ਨੌਜਵਾਨ ਨਸ਼ਾ ਖਾਂਦੇ ਆ ਅਸੀਂ ਉਹਨਾਂ ਦਾ ਇਲਾਜ ਕਰਾਉਣਾ, ਉਹਨਾਂ ਨੂੰ ਮੋਟੀਵੇਟ ਕਰਨਾ, ਮੁੱਖ ਧਾਰਾ 'ਚ ਲਿਆਉਣਾ। ਜਿਹੜੇ ਪੈਡਲਰਸ ਹੈ ਜਾਂ ਨਸ਼ਾ ਵੇਚਣ ਵਾਲੇ ਆ ਉਹ ਦੇ ਆਰ ਐਨੀਮੀਜ਼ ਆਫ ਦੀ ਸਟੇਟ, ਉਹ ਸਮਾਜ ਦੇ ਦੁਸ਼ਮਣ ਹੈ,
ਉਹਨਾਂ ਨੂੰ ਅਸੀਂ ਛੱਡਾਂਗੇ ਨਹੀਂ, ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਾਂਗੇ। ਪਿੰਡ ਦੇ ਵਿੱਚ ਲੋਕ ਆਪ ਮਹਾਰੇ ਹੋ ਕੇ ਰਾਤ ਨੂੰ ਪਹਿਰਾ ਦੇ ਰਹੇ ਨੇ, ਇੱਕ ਦੀ ਡੈਥ ਵੀ ਨਹੀਂ। ਉਹ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਨਸ਼ਾ ਛੁਡਾਊ ਕਮੇਟੀਆਂ ਬਣੀਆਂ ਹੋਈਆਂ ਜਾਂ ਕੋਈ ਪਹਿਰਾ ਦੇ ਰਿਹਾ, ਅਸੀਂ ਉਹਨਾਂ ਸਾਰਿਆਂ ਨਾਲ ਤਾਲਮੇਲ ਪੈਦਾ ਕੀਤਾ ਐਸ ਐਚ ਓ ਲੈਵਲ 'ਤੇ ਕਿ ਉਹ ਕਮੇਟੀਜ਼ ਸਾਨੂੰ ਪੁਲਿਸ ਨੂੰ ਲੋਕਲ ਐਸ ਐਚ ਓ ਜਾਂ ਡੀ ਐਸ ਪੀ ਸਾਹਿਬ ਨੂੰ ਨਾਲ ਲੈ ਕੇ ਫਿਰ ਓਪਰੇਸ਼ਨ ਕਰਨ। ਆਪ ਬਹਾਰੇ ਹੋ ਕੇ ਜਿਹੜਾ ਪੁਲਿਸ ਦਾ ਕੰਮ ਹੈ ਉਹ ਅਸੀਂ ਉਹਨਾਂ ਨੂੰ ਰੋਕ ਰਹੇ ਹਾਂ ਕਿ ਤੁਸੀਂ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਮੋਢੇ ਨਾਲ ਮੋਢਾ ਨਾਲ ਜੁੜ ਕੇ ਤੁਹਾਡੇ ਚੱਲਦੇ ਹਾਂ, ਕਿਉਂਕਿ ਇਨਫੋਰਮੇਸ਼ਨ ਤਾਂ ਸਾਰੀ ਸਮਾਜ ਕੋਲ ਹੀ ਆਉਂਦੀ, ਲੋਕਾਂ ਕੋਲ ਆਉਂਦੀ ਹੈ। ਤਾਂ ਸਾਡਾ ਮਿਸ਼ਨ ਬੜਾ ਕਲੀਅਰ ਹੈ ਕਿ ਮੋਬਾਈਲ ਨੰਬਰ ਵੀ ਅਸੀਂ ਦਿੱਤੇ ਆ, ਜਿੱਥੇ ਕਿਤੇ ਇਨਫੋਰਮੇਸ਼ਨ ਆਉਂਦੀ ਹੈ ਸਾਡਾ ਐਸ ਐਚ ਓ, ਸਾਡਾ ਡੀ ਐਸ ਪੀ ਸਾਹਿਬਾਨ, ਈਵਨ ਸੀਵਰ ਐਸ ਪੀ ਲੈਵਲ ਦੇ ਲੋਕ ਅਸੀਂ ਰੇਡ ਕਰਕੇ, ਸਾਡੀ ਕੋਸ਼ਿਸ਼ ਹੈ ਕਿ ਇਹ ਡਰੱਗ ਚੇਨ ਜਿਹੜੀ ਹੈ, ਇਹ ਪੈਡਲਰਸ ਜਾਂ ਉਸ ਤੋਂ ਉੱਪਰ ਜਿਹੜੇ ਵੱਡੇ ਸਮਗਲਰ ਬੈਠੇ ਆ, ਇਹਨਾਂ ਨੂੰ ਸਾਰਿਆਂ ਨੂੰ ਪਕੜ ਕੇ ਅਤੇ ਲੋਕਾਂ ਦੀ ਮਦਦ ਦੇ ਨਾਲ ਆਪਾਂ ਇਹ ਜਿਹੜਾ ਡਰੱਗ ਫਰੀ ਸਟੇਟ ਹੈ ਅਤੇ ਖੁਸ਼ਹਾਲ ਜਿਹੜਾ ਸੂਬਾ ਦੀ ਸਿਰਜਣਾ ਕਰਾਂਗੇ। ਥੈਂਕ ਯੂ।